आण के जो दस्या वा भी सिर जे दातर मारे गए तो एक का जरा गुट वड्या गया गुट वड के अपने लोग मरिया हो समझ के उत्थे सुट गया। पर यह मुंडा कबड्डी का प्लेयर आदि नाल ही दोस्त जोड़ा वा वह भी चंगा सेहत सी उन्हें ये इन्हों अमनदीप होस्पिटल खड़िया अमनदीप होस्पिटल का जेरे इलाज आ मामला यह है जी मेरा मनप्रीत मेरा पुत्र है जी ये कबड्डी का खिलाड़ी है जी तो ये बंदे नशा करते नशा वेचते लब्बा जहारा तो एक दो मुंडे का मैनू नहीं है तो उन्होंने इस करके ये मुंडे कहते भी तेनों अं मार देना तेन रह नहीं देना तो इस करके मुंडे वड टुक के सुट के चल गए मार के सुट के गए तो यह टाइम तो मुंडे का बहुत बुरा हाल आ ਉਹਦਾ ਕੋਈ ਪਤਾ ਨਹੀਂ ਕੀ ਹੈ ਕੀ ਨਹੀਂ ਹੈ ਜੀ ਕਿੱਥੇ ਮੁੰਡਾ ਮੁੰਡਾ ਹਸਪਤਾਲ ਹੈ ਜੀ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਜੀ ਕਿੱਥੇ ਕਿੱਥੇ ਇਹ ਸਿਰ 'ਚ ਹੈ ਜੀ ਸਾਡੀਆਂ ਸੱਟਾਂ ਸਾਰੀਆਂ ਸਿਰ 'ਚ ਹੈ ਜੀ ਆਹ ਧੌਣ 'ਤੇ ਆ ਸਿਰ 'ਤੇ ਐਡੇ ਡੂੰਘੇ ਟੱਕ ਲੱਗੇ ਦਾਤਰ ਕਿਰਪਾਨਾਂ ਮਾਰੀਆਂ ਜੀ ਕਿੰਨੇ ਮੁੰਡੇ ਇਹ ਮੁੰਡੇ ਸਾਨੂੰ ਇੰਨੀ ਸੁਣ 'ਚ ਆਇਆ ਵੀ 15-20 ਮੁੰਡੇ ਕਰੀਬ ਹੈਗੇ ਆ ਜੀ ਸਾਰੇ ਤੁਹਾਡੇ ਬੇਟੇ ਨਾਲ ਕਿਹੜੇ ਕਿਹੜੇ ਇਹ ਸਾਡੇ ਇਹ ਦੋ ਜਾਣੇ ਇਹਦਾ ਦੋਸਤ ਹੀ ਇੱਕ ਇਹ ਦੋ ਜਾਣੇ ਮੁੰਡੇ ਸੀ ਉਹਦੇ ਵੀ ਸੱਟਾਂ ਲੱਗੇ ਉਹਦੇ ਵੀ ਸਿਰ 'ਚ ਸੱਟਾਂ ਲੱਗੇ ਉਹਦਾ ਗੁੱਟ ਲਾਤਾ ਜੀ ਥੋੜ੍ਹਾ ਜਿਹਾ ਗੁੱਟ ਅੜਿਆ ਗੁੱਟ ਵੀ ਲੱਥਾ ਜੀ ਉਹਦਾ ਪੁਲਿਸ ਨੂੰ ਦੱਸਿਆ ਹਾਂਜੀ ਪੁਲਿਸ ਨੂੰ ਦੱਸਿਆ ਪੁਲਿਸ ਸਾਡੀ ਕੋਈ ਸੁਣਾਈ ਨਹੀਂ ਕਰਦੀ ਜੀ ਪੁਲਿਸ ਕੋਈ ਸੁਣਾਈ ਸਾਰੀ ਗੱਲ ਸਾਡੀ ਇੱਥੋਂ ਸੁਣ ਕੇ ਉਹਨਾਂ ਨੂੰ ਸਾਰੀ ਗੱਲ ਦੱਸਣਦੀ ਹੈ ਜੀ ਹਾਂਜੀ ਪੈਸੇ ਦੀ ਡਿਮਾਂਡ ਆ ਜਦੋਂ 15-20 ਦਿਨ ਪਹਿਲਾਂ ਉਹ ਮੇਰੇ ਘਰ ਆਣ ਕੇ ਗੋਲੀਆਂ ਚਲਾ ਕੇ ਗਏ ਆ ਬੂਹੇ ਨੂੰ ਕਿਰਪਾਨਾਂ ਮਾਰ ਕੇ ਗਏ ਆ ਉਹ ਜਾਰੇ ਹੋਣੀ ਲੱਭੇ ਹੋਣੀ ਉਹਨੂੰ ਮੈਨੂੰ ਪੁਲਿਸ ਮੈਂ ਘਰ ਦੁਪਹਿਰੇ ਸਬਜ਼ੀ ਦਾ ਕੰਮ ਕਰਦਾ ਦੁਪਹਿਰੇ ਰੋਟੀ ਖਾਣ ਆਇਆ ਮੈਨੂੰ ਰੋਟੀ ਨਹੀਂ ਖਾਣ ਦਿੱਤੀ ਉਹ ਤਾਂ ਚੁੱਕ ਕੇ ਲੈ ਗਏ ਆ ਉਹਨੂੰ 25,000 ਰੁਪਇਆ ਮੈਂ ਇੱਕ ਦਿੱਤਾ ਆ 8,500 ਰੁਪਇਆ ਇੱਕ ਦਿੱਤਾ ਜੀ ਇੱਥੇ ਚਾਰਜ ਨੂੰ ਜੀ ਇਹਦਾ ਨਾਂ ਸਤਪਾਲ ਜੀ ਇਹ ਮੈਨੂੰ ਕੋਈ ਪਤਾ ਨਹੀਂ ਮੈਨੂੰ ਕੋਈ ਅੱਗੋਂ ਮੈਂ ਕੋਈ ਪੁੱਛਦਾ ਆ ਮੈਨੂੰ ਬੜਾ ਪੁੱਠਾ ਸਿੱਧਾ ਬੋਲਦੇ ਆ ਮੈਨੂੰ ਮਾੜਾ ਚੰਗਾ ਬਹੁਤ ਬੋਲਦੇ ਗਾਲ ਮੰਦਾ ਹੀ ਬੋਲਦੇ ਆ ਜੀ खंड वाले का रहने वाला वा मनप्रीत सिंह मनु मेरा भरा है छोटा जो कबड्डी का प्लेयर वा जो नशा वेचण वाले मतलब की नशे तो रोकता वा ਜਿਹੜੇ ਨਸ਼ਾ ਵੇਚਦੇ ਆ ਤੇ ਉਹਨਾਂ ਨੂੰ ਮਨਾ ਕਰਦਾ ਤੇ ਉਹ ਘਰੇ ਆਣ ਕੇ ਗੋਲੀਆਂ ਚਲਾਉਂਦੇ ਆ ਦਾਤਰ ਚਲਾਉਂਦੇ ਆ ਹਜ਼ਾਰਾ ਸਿੰਘ ਗਨ ਲੱਭਾ ਰੋਬਾ ਤੇ ਲਾਲਾ ਜੋ ਕਿ ਇਹ 5 ਜਣੇ ਸ਼ਰੇਆਮ ਬਦਮਾਸ਼ੀ ਕਰਦੇ ਨਾਲੇ ਸਮਾਇਕ ਵੇਚਦੇ ਆ ਇਹਨਾਂ ਨੂੰ ਪੁਲਿਸ ਵੀ ਨਹੀਂ ਰੋਕਦੀ ਜਦੋਂ ਰੋਕਦੀ ਆ ਸਰਦਾਰ ਸਤਪਾਲ ਸਿੰਘ ਆ ਉਹ ਇਹਨਾਂ ਦੀ ਪੂਰੀ ਸਪੋਰਟ ਕਰਦਾ ਵਾ ਉਹ ਮਤਲਬ ਕਿ ਕੋਈ ਕਾਰਵਾਈ ਨਹੀਂ ਕਰਦਾ ਜਦੋਂ ਵੀ ਆਪਾਂ ਰਿਪੋਰਟ ਦੇਣ ਜਾਂਦੇ ਹਾਂ ਉਹ ਕਹੂਗਾ ਜਾਓ ਤੁਸੀਂ ਜਾਓ ਆਪਣੇ ਕੰਮ ਕਰੋ ਜਾ ਕੇ ਹੁਣ ਕੀ ਹੋਇਆ ਉੱਧਰ ਉਦੋਂ ਉਹ ਇਕੱਲਾ ਹੀ ਕਿਤੇ ਆਣ ਡਿਆ ਕਿਤੇ ਬਰਥਡੇ ਪਾਰਟੀ ਤੋਂ ਮਨਪ੍ਰੀਤ ਸਿੰਘ ਮੰਨੂ ਅਤੇ ਨਾਲ ਦੂਸਰਾ ਆਪਣਾ ਦੋਸਤਿਆਂ ਦਾ ਮਿੱਠੂ ਇਹ ਦੋਵੇਂ ਜਣੇ ਆਉਂਦੇ ਸੀ ਅਤੇ ਇਹਨਾਂ ਨੂੰ ਪਤਾ ਲੱਗਾ ਵੀ ਇਹ ਦੋਵੇਂ ਇਕੱਲੇ ਹੈਗੇ ਆ ਇਹਨਾਂ ਨੇ ਗੱਡੀਆਂ ਹਥਿਆਰਾਂ ਲੈ ਕੇ ਇਹਨਾਂ ਦੋਵਾਂ ਨੂੰ ਮਤਲਬ ਕਿ ਹਮਲਾ ਕਰਤਾ ਇਹਨਾਂ ਦੇ ਆਪਣੇ ਵੱਲੋਂ ਪੂਰਾ ਮਾਰ ਕੇ ਸੁੱਟ ਗਏ ਕਿਹੜੇ ਬੰਦੇ ਹਜ਼ਾਰਾ ਲੱਭਾ ਗਨ ਰੋਬਾ ਅਤੇ ਲਾਲਾ ਉਹ ਹੋਸਪਿਟਲ ਦਾਖਲ ਇਸ ਟਾਈਮ ਅਮਨਦੀਪ ICU 'ਚ ਇਸ ਬਾਰੇ ਪੁਲਿਸ ਨੂੰ ਦੱਸਿਆ ਉਹ ਕਾਰਵਾਈ ਕਰਨ ਤੋਂ ਵੀ ਇਨਕਾਰ ਕਰ ਰਹੇ ਸੀ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਸਪੋਰਟ ਜ਼ਿਆਦਾ ਕਰਨ ਦੀ ਇੱਧਰ ਕਾਰਵਾਈ ਕੋਈ ਨਹੀਂ ਕਰਨ ਦੀ ਸਤਪਾਲ ਸਿੰਘ ਕਾਲਿਆਂ ਵਾਲੀ ਚੌਂਕੀ ਕੀ ਕਹਿੰਦਾ ਤੁਹਾਨੂੰ ਉਹ ਕਹਿੰਦਾ ਕੋਈ ਨਹੀਂ ਗਾ ਕਰ ਦਿੰਦੇ ਆ ਮੁੰਡੇ ਦੇ ਬਿਆਨ ਲਿਖਣੇ ਆ ਪੈਸਿਆਂ ਦੀ ਮੰਗ ਵੀ ਹੋਈ ਉਹ 35,000 ਕਦੀ 50,000 ਕਿੰਨੇ ਗਏ ਇਹ ਸਤਪਾਲ ਸਿੰਘ ਨੇ ਕਿਸ ਚੀਜ਼ ਦੇ ਪੈਸੇ ਲੈਂਦਾ ਮਤਲਬ ਕਿ ਇਹਨਾਂ ਦੇ ਕਹਿਣ ਡਿਆ ਜੀ ਰਿਪੋਰਟ ਲਿਖਣ ਦੀ ਉਸ ਤੋਂ ਪਹਿਲਾਂ ਵੀ ਇਹਨੇ ਮੰਗੇ ਇੰਨੇ ਪੈਸੇ ਜਿਹੜਾ 2 ਵਾਰੀ ਹਮਲਾ ਹੋ ਗਿਆ ਨਾ ਉਹਨਾਂ ਦੇ ਮੰਗਣ ਡਿਆ ਰਹੀ ਨਵੇਂ ਦੇ ਅੱਜ ਕਿੱਥੇ ਆਏ ਅੱਜ ਅਸੀਂ ਆਏ ਲੋਕ ਇਨਸਾਫ ਪਾਰਟੀ ਕਹਿੰਦੇ ਨੇ ਉਹ ਕਹਿੰਦੇ ਵੀ ਜੋ ਵੀ ਜਿਸ ਤਰ੍ਹਾਂ ਵੀ ਤੁਹਾਡਾ ਮਸਲਾ ਹੱਲ ਹੋਏਗਾ ਇਹਨਾਂ ਦੀ ਮਤਲਬ ਕਿ ਤੁਹਾਡੀ ਕਾਰਵਾਈ ਮਤਲਬ ਕਿ ਸੁਣੀ ਜਾਏਗੀ ਤੁਹਾਡੀ ਕੀ ਚਾਹੁੰਦੇ ਤੁਸੀਂ ਇਨਸਾਫ ਚਾਹੁੰਦੇ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਮੈਂ ਸਰਬਜੀਤ ਸਿੰਘ ਆਰੀ ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ ਪਾਰਟੀ ਕੀ ਮਾਮਲਾ ਜਿਹੜਾ ਅਜੇ ਬੰਦੇ ਦਾ ਇਹ ਕਾਫੀ ਜਣੇ ਅੱਜ ਇਕੱਠੇ ਹੋ ਕੇ ਮੇਰੇ ਦਫ਼ਤਰ ਮੇਰੇ ਤੇ ਪਹੁੰਚੇ ਆ ਇਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਬੇਟੇ ਨਾਲ ਜਿਹੜੀ 3 ਦਿਨ ਪਹਿਲਾਂ ਬੜੀ ਵੱਢ ਟੁੱਕ ਹੋਈ ਆ
उहदे संबंध जिहड़ा मैं SHO नूं फोन किया, SHO साहब नाल गल कीती आ, उन्होंने मैनूं कहा वी आपां 307 दा परचा कटदा ते उन्हां दीआं बीबियां जिहड़े दूजे तीजे बंदे आपां बिठाए आ थाणे दे विच ते आप उह भज्जे आ फरार आ। पर इन्हां दीआं गल्लां तों इन्हां ने जिहड़े आण के इन्हां दे गली महल्ले दे बंदे आए आ नाल इन्हां दे मूहतवार आए आ, उन्हां ने दस्सिआ वी उह बंदे शरेआम उत्थे घूम रहे आ ते जिहड़ा पिंड आ उन्हां तों खौफजदा वा डरिया आ वा ते जिहड़े पिंड उह अज वी स्मैक वेच रहे आ कहिण दे मुताबक उन्हां दे ते जिहड़े उह शरेआम घूम रहे आ। दूजे पासे काले पिंड दा जिहड़ा चौंकी इंचार्ज आ सतपाल उह इन्हां नूं डरा रहा थ्रैड कर रहा भी तुसीं उन्हां नाल राजीनामा कर लो। 15 दिन पहलां जदों इन्हां दे बूहे अगे गोली चलदी आ कृपाना मारी जांदा उल्टा उन्हां नूं फड़न की बजाए जदकि प्रशासन की शह उन्हां नूं मिली आ उन्हां नूं फड़न की बजाए इहदे बाप नूं लै जांदे आ इहनूं घरों लै जांदे आ रोटी खाण आए नूं ते थाने दे विच रखदे आ ते 50,000 की डिमांड करदे आ जिच्चों 25,000 दिंदा उन्हां नूं इन्हां दे कहिण दे मुताबक ते 8,500 रुपये जिहड़ा बेटा दिंदा इन्हां दा तकरीबन 33,500 रुपया जिहड़ा वा उह काले पिंड दा चौंकी इंचार्ज लै लैंदा। नाल दी नाल इस वेले जिहड़ी आ जे इह 15 दिन पहलां उन्हां दे कारवाई होई हुंदी ते शायद अज दा जिहड़ा इह कांड होया जिहड़े इन्हां नूं मार के उह सुट गया अपने लोग मार के सुट गया इह घटना ना वापरदी। इधर लोक इंसाफ पार्टी सरदार सिमरजीत सिंह बैंस जिहड़े पार्टी के प्रधान ने उन्हां नाल आपां गल कीती आ उन्हां नाल गल करके जिहड़ी हमेशा जो रिश्वतखोरी खिलाफ नशाखोरी खिलाफ ते इहो जिहे गुंडा अंसरा गैंगवार खिलाफ आवाज़ बुलंद करदे उन्हां नाल इह गल करके असीं एक वड्डा धरना जिहड़ा 3 तरीक नूं ऐतवार 11 बजे जिहड़ा काले चौंकी के बाहर जिस हज़ारां की गिनती नौजवान साथी आउणगे लोक इंसाफ पार्टी वल्लों जिहड़ा दित्ता जाऊगा तां जो एक तो इन्हां दे जिहड़ी हाले तक कार्रवाई नहीं की परचा कट दिता जिस कई धारावां नहीं लगाइया वो धारा अमेंट करावांगे ते नाल जिहड़ी इन्हां दे कार्रवाई नहीं कर रहा दूजी पार्टी दे उहदे पार्टी कार्रवाई करावांगे। नाल जिहड़ी शहर दे लगातार जाणदे वी लुट्टां खोहां वधियां गोली कांड इत्थे वधे आ गुंडागर्दी वधी आ गैंगवार वधी आ उहदे खिलाफ़ जिहड़ा असीं एक वड्डा धरना जिहड़ा काले चौंकी दे बाहर लावांगे ते काले चौंकी दे जिहड़े इंचार्ज आ उहनूं बदलाउण दी जिहड़ी आपां मंग उत्थे रखांगे। हाँ सर, की मामला जी जिहड़ा लड़ाई है ये गली नंबर 3 मलाप एवेन्यू दे विच झगड़ा है अज तो 2 दिन पहला उत्थे जिहड़ियां कश्मीर सिंह दे बयान ते मुकदमा दर्ज होया है उहदे कहण दे मुताबिक यह भी इन्हां नूं हजारां एंड पार्टी ने जिहड़ियां सट्टां लाईआं 4 लड़कियां ते उन्हां ने बाई नेम जिहड़ी FIR दर्ज करवाई है उहदे उन्हां दे बयान दे आधार ते जिहड़ी 307 IPC तहत जिहड़ा मुकदमा दर्ज जिहड़ा कर दित्ता गया है ते दोषियों के घरों से जिहड़े आ मैं रात दिन जिहड़े आ नेरे सवेरे जिहड़े बिल्कुल उन्होंने घर के जिहड़े मैं रेड कर रहा उन्होंने जल्दी जिहड़ा गिरफ्तार कर लिया गया। इल्जाम ला रहे कि परचा होने के बावजूद दोषी जिहड़े ने सरेआम झूम रहे पुलिस गिरफ्तार नहीं 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 इस तरह की कोई गल नहीं गी मैं बिल्कुल उन्होंने घर जी छापामारी जी कर रहा हाँ मैं उन्होंने बिल्कुल अपने तौर पर खुफिया तौर पर जो सोर्स भी लगाए गए हैं जल्दी जिहड़े दोषियों नूं गिरफ्तार कर लिया जाएगा। जी भी इल्जाम लाया उन्होंने कि पैसे की डिमांड की है पैसे मंगे ने पैसे दिते भी नहीं उन्होंने ये बिल्कुल जिहड़ा दोष है ये बेबुनियाद आ इहदा कोई आधार नहीं गा इस संबंधी जिहड़ा पहला ही जिहड़ा मुकदमा है वह 307 दे अधीन जिहड़ा दर्ज किया गया इस तरह की कोई गल नहीं है। पैसे ले बिल्कुल नहीं जी इस तरह की कोई गल ही नहीं है जिहड़े पैसों के मेरे उत्ते जिहड़ा इल्जाम लाया भी ये पैसे मंग की है इस तरह की कोई गल नहीं है बिल्कुल मेरे उत्ते जिहड़ा दोष लाया गया बेबुनियाद है इस तरह की कोई गल नहीं है। हुण की कार्रवाई की जा रही है हुण ये जिहड़ा इस संबंधी जिहड़ा उहदा जिहड़े उत्ते मुंडे अमनदीप हस्पताल दाखल ने जिहड़े उन्हां संबंधी जिहड़ा MLR जारी करवाए गए आ जिहड़े MLR जारी होण ते जो डाक्टर की ओपीनियन मिलेगी उहदे मुताबिक अगे जिहड़ा जुर्म का वाधा किया जाएगा।